प्यो नाल मिल के भरा ने अपने ही भरा दा कीता कतल। तिखी चीज मार मार के ले लई अपने ही भरा दी जान। एक भरा दे वल्लों अपने पिता दे नाल मिल के अपने भरा दा कतल कर दिता गया। दस दिए कि एक तिखी चीज दे नाल इस दे वल्लों वार किते गए जिस दे विच इस दे भरा दी जान चली जांदी है, जिस तों बाद परिवार दा रो रो के बुरा हाल हो जांदा है। दस दिए कि यह मामला हुशियारपुर दे नजदीकी पिंड तों सामने आया, जिथे पुरानी रंजिश दे चलदियां भरा ने पिता दी मदद दे नाल अपने भरा दा कतल कर दिता। मिली जानकारी अनुसार हमलावर दा इह शरीक दे विच भरा लगदा सी। इस संबंधी पिंड दे सरपंच ने कहा कि हमलावर अपने पिता दे नाल घर दे बाहर खड़ा सी ते इह बाहरों रोला पा रहा सी। तां जद नौजवान बाहर आउंदा है तां प्यो पुत दे वल्लों मिल के इस नूं फड़ लिया जांदा है ते फिर तिखी चीज़ मार मार के इस नूं गंभीर जख्मी कर दिता जांदा है, जिस तों बाद इस नूं तुरंत हस्पताल लिजाया जांदा है, पर रस्ते दे विच ही इस नौजवान की मौत हो जाती है, जिस तों बाद परिवार का रो रो के बुरा हाल हो जाता है। तो परिवार के वलों तुरंत पुलिस नूं सूचित किया गया ते पुलिस के वलों भी कार्रवाई करते हुए प्यो पुत दोनों नूं हिरासत दे विच लै लिया गया। तो दस दिए कि शरीक दे विच भरा लगते सी, पुरानी रंजिश के चलते इन्हां दे वलों इसका कतल कर दिता गया। तो पुलिस के वलों हुण दोनों हमलावरां नूं हिरासत दे विच लैके अगली कार्रवाई शुरू कर दी गई है। ਬਾਰਦਾ ਸਰ ਕੱਲ ਦੋ ਪਰਿਵਾਰ ਆਮੋ ਸਾਹਮਣੇ ਰਹਿੰਦੇ ਆ ਤੇ ਕੱਲ ਇੱਕ ਪਰਿਵਾਰ ਦੇ ਜਿਹੜੇ ਹਰਪਾਲ ਸਿੰਘ ਤੇ ਉਹਨਾਂ ਦੇ ਫਾਦਰ ਸਾਹਿਬ ਹੈਗੇ ਆ ਅਮਰੀਕ ਸਿੰਘ, ਉਹ ਕਿਤੇ ਜਿਹੜਾ ਹਰਪਾਲ ਸੀ ਉਹ ਚੀਕਾਂ ਚੁੱਕਾਂ ਮਾਰਦਾ ਸੀ ਖੜਾ। ਇਹ ਜਿਹੜਾ ਜਿਹਨਾਂ ਦੀ ਡੈਥ ਹੋਈ ਆ ਹਰਭਜਨ ਸਿੰਘ ਉਹਨਾਂ ਦੀ, ਇਹਨਾਂ ਨੇ ਸੋਚਿਆ ਕਿ ਸ਼ਾਇਦ ਕੋਈ ਆਪਸ 'ਚ ਹੀ ਲੜਦੇ ਲੁੜਦੇ ਹੈ ਨਾ। ਇਹ ਬਾਹਰ ਨਿਕਲ ਕੇ ਦੇਖਣ ਲੱਗਾ ਤੇ ਉਹ ਇਹਨੂੰ ਕਹਿੰਦਾ, ਇਹਦਾ ਬਾਪ ਕਹਿੰਦਾ ਫਾੜੇ ਇਹਦਾ ਗਲ ਕੱਢ ਗਈ। ਉਹਨਾਂ ਨੇ ਇਹਨੂੰ ਫੜ ਲਿਆ ਵਿਚਾਰੇ ਨੂੰ, ਜਿਹੜੇ ਉਹ ਸੂਏ ਸਾਏ ਜਾ ਸਕੇ ਪੇਚਕਸ ਵਗੈਰਾ ਉਹ ਇਹਦੇ ਢਿੱਡ 'ਚ ਨਗਾ ਤੇ ਕਿੱਥੇ ਆਹ ਜਗ੍ਹਾ 'ਤੇ ਲਗਾਇਆ ਔਰ ਉਹਦੇ ਨਾਲ ਇਹਨਾਂ ਦੀ ਜਿਹੜੀ ਆ ਡੈਥ ਹੋ ਗਈ। ਇੱਕ ਫਿਰ ਉੱਥੇ ਗੁਆਂਢੀ ਹੋਰ ਸੀ ਉਹ ਛਡਾਉਣ ਆਇਆ ਰੌਲਾ ਸੁਣ ਕੇ, ਉਹਦੇ ਵੀ ਮਾਰ ਦਿੱਤੇ, ਉਹ ਵੀ ਪੁਲਿਸ ਨੇ ਕਾਰਵਾਈ ਕੀਤੀ। ਪੁਲਿਸ ਨੇ ਕਾਰਵਾਈ ਕੀਤੀ, ਗ੍ਰਿਫਤਾਰ ਕਰ, ਹਾਂਜੀ ਕਰ ਲਿਆ ਗ੍ਰਿਫਤਾਰ। ਕਾਰਨ ਕੀ ਸੀ? ਪਹਿਲੀ ਪੁਰਾਣੀ ਲੜਾਈ ਚੱਲ ਕੋਈ ਭਾਜੀ ਇਹਨਾਂ ਦੀ ਰਾਜਿਸ਼ ਨਹੀਂ ਐਡੀ, ਘਰ ਦੇ ਚਾਚੇ ਤਾਏ ਦੇ ਫੈਮਿਲੀ ਦੇ ਵਿੱਚੋਂ ਹੀ ਹੈਗੇ ਇੱਕ ਦੂਜੇ, ਕੋਈ ਐਡੀ ਨਹੀਂ ਹੈਗੀ। ਫਿਰ ਕੋਈ ਥੋੜੇ ਦਿਨ ਪਹਿਲਾਂ ਨਾਲੀ ਨੂਲੀ ਤੋਂ ਮਾੜੀ ਮੋਟੀ ਕੋਈ ਗੱਲਬਾਤ ਹੋਈ ਸੀ, ਕੋਈ ਐਡੀ ਕੋਈ ਉਹ ਵੀ ਕੋਈ ਇੰਨੀ ਮੈਂ ਤਾਂ ਸਮਝਦਾ ਨਹੀਂ ਕੋਈ ਲੜਾਈ ਤੇ ਬੰਦਾ ਮਾਰਨ 'ਤੇ ਚੱਲ ਜਾਵੇ। ਪਰ ਇਹਨਾਂ ਨੇ ਜਿਹੜਾ ਮੁੰਡਾ ਕੋਈ ਬਾਹਰੋਂ ਆਇਆ ਉਹ ਘਰ ਮੈਨੂੰ ਅੱਜ ਦੱਸਿਆ ਕਿਸੇ ਨੇ ਕੋਈ ਕਹਿੰਦਾ ਸੀ ਮੈਂ ਹੁਣੇ ਕਿ ਇਹਨੂੰ ਬੱਗੇ ਨੂੰ ਮਾਰ ਕੇ ਜਾਣਾ। ਪਰਿਵਾਰ 'ਚ ਕੌਣ ਕੌਣ ਰਹਿ ਗਿਆ? ਇਹਨਾਂ ਦੇ ਦੋ ਬੇਟੀਆਂ ਆ, ਇੱਕ ਬਾਹਰ ਆ ਸੋਰੀ ਵਿਆਹੀਆਂ ਆ ਦੋਏ। ਬੇਟਾ ਪਹਿਲਾਂ ਇਹਨਾਂ ਦਾ ਭਗਵਾਨ ਦਾ ਹਰਭਜਨ ਸਿੰਘ ਦਾ ਗੁਜ਼ਰ ਗਿਆ ਸੀ, ਉਹਨਾਂ ਦੀ ਡੈਥ ਹੋ ਗਈ ਸੀ ਇੱਧਰ ਕਿਤੇ ਮਾਤਾ ਦੇ ਗਏ ਸੀ ਤਾਂ ਉੱਥੇ ਪੰਜ ਮੁੰਡੇ ਸਾਡੇ ਪਿੰਡ ਦੇ ਡੁੱਬ ਪਾਣੀ ਦੇ ਵਿੱਚ ਡੁੱਬ ਗਏ ਸੀ, ਉੱਥੇ ਡੈਥ ਹੋ ਗਈ ਸੀ। ਪਰਿਵਾਰ ਜਾਣੀ ਕਿ ਇਹਨਾਂ ਦੇ ਪਰਿਵਾਰ ਮੈਂਬਰ ਹੀ ਸੀਗੇ ਨਾ ਵਿੱਚੋਂ ਹੀ ਸੀ ਇਹਨਾਂ ਦੇ ਘਰਾਂ ਦੇ ਪਰਿਵਾਰ ਤੋਂ ਚਾਚਿਆਂ ਦਾ ਐਂ ਤੋਂ ਇਦਾਂ। ਤੇ ਠੀਕ ਹੈ ਜੀ, ਇੱਕ ਬਾਰ ਦਾ ਹੋਈ ਹੈ, ਕਿਹਦੇ ਪਿੰਡ ਦੀ ਹੈ ਤੇ ਕੀ ਬਾਰ? ਇਹ ਪਿੰਡ ਹਰਿਆਣਾ ਕਰਾਂ ਜੀ, ਥਾਣਾ ਮਿਟੀਆਂ 'ਚ ਪੈਂਦਾ। ਉੱਥੇ ਕੱਲ੍ਹ 8:30 ਵਜੇ ਵੜੀਆਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀਗਾ ਤੇ ਉਹ ਲੜਾਈ ਝਗੜੇ ਦੌਰਾਨ ਇੱਕ ਬੰਦੇ ਦੀ ਜਿਹੜੀ ਆ ਹਸਪਤਾਲ ਲਿਆਉਂਦੇ ਸਮੇਂ ਡੈਥ ਹੋ ਗਈ ਆ, ਹਰਭਜਨ ਸਿੰਘ ਉਹਦਾ ਨਾਂ ਹੈ। ਅਤੇ ਇੱਕ ਬੰਦਾ ਇੰਜਰਡ ਆ ਬਲਵੀਰ ਸੈਣੀ, ਉਹ ਸ਼ਿਵਮ ਹਸਪਤਾਲ ਹੁਸ਼ਿਆਰਪੁਰ ਦਾਖਲ ਆ। ਅਤੇ ਵਜ੍ਹਾ ਰੰਜਿਸ਼ ਕੀ? ਵਜ੍ਹਾ ਰੰਜਿਸ਼ ਇਹਨਾਂ ਦੀ ਘਰੇਲੂ ਹੈਗੀ ਆ, ਗ੍ਰੈਂਡ ਗੁਆਂਢੀ ਆਪਸ ਵਿੱਚ ਉਹ ਗਾਲੀ ਗਲੋਚ ਤੋਂ ਹੋ ਗਿਆ। ਰਿਸ਼ਤੇਦਾਰ ਨਹੀਂ ਆ, ਗੁਆਂਢੀ ਆਪੋ ਸਾਹਮਣੇ ਘਰ ਇਹਨਾਂ ਦੇ ਤੇ ਇਹ ਆਪਸ ਵਿੱਚ ਗਾਲੀ ਗਲੋਚ ਕਰੀ ਕਰਦੇ ਰਹਿੰਦੇ ਸੀ। ਪੁਲਿਸ ਵੱਲੋਂ ਕੀ ਕਾਰਵਾਈ ਕੀਤੀ? ਪੁਲਿਸ ਵੱਲੋਂ ਜਿਹਨੇ ਮਰਡਰ ਕੀਤਾ ਹੈਗਾ ਦੋ ਬੰਦੇ ਅਰੈਸਟ ਕਰ ਲਏ ਸੀ, ਦੋ ਹੀ ਲਿਖਾਏ ਸੀ ਨਹੀਂ, ਉਹ ਅਰੈਸਟ ਕਰ ਲਏ। ਕਿਹੜੇ ਬਿਆਨ ਦੇ ਪਰਚਾ ਹੈ ਜੀ? ਇਹ ਹਰਭਜਨ ਦੀ ਮਿਸਿਜ ਆ ਜੀ ਸੁਖਪ੍ਰੀਤ ਕੌਰ, ਉਹਦੀ ਸਟੇਟਮੈਂਟ ਦੇ ਰਾਤ ਪਰਚਾ ਦਰਜ ਕੀਤਾ ਸੀ। ਹਾਂਜੀ, ਬਾਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ।